ਇਹ ਸੱਚਾਈ ਹੈ। ਮੇਰਾ ਗੁਰੂ ਮਰਨ ਦਾ ਸਥਾਨ ਵੀ ਬਦਲ ਦਿੰਦਾ, ਮਰਨ ਦਾ ਸਮਾਂ ਵੀ ਬਦਲ ਦਿੰਦਾ ਤੇ ਮਰਨ ਦਾ ਕਾਰਨ ਵੀ ਬਦਲ ਦਿੰਦਾ। ਉਹਦੇ ਹੱਥ ਵਿੱਚ ਇੰਨੀ ਵਡਿਆਈ ਹੈ। ਇੱਕ ਮਾਈ ਨੇ ਬੜੇ ਸਾਲ ਸ੍ਰੀ ਦਰਬਾਰ ਸਾਹਿਬ ਇੱਥੇ ਸੇਵਾ ਕੀਤੀ, 18 ਸਾਲ ਉਹ ਸਾਧ ਸੰਗਤ ਪੁੱਜਿਆਂ ਦੀ ਸੇਵਾ ਕਰਦੀ ਰਹੀ, ਸੇਵਾ ਕਮਾਉਂਦੀ ਰਹੀ। ਔਰ ਜਦੋਂ ਬਜ਼ੁਰਗ ਬਿਰਧ ਸਰੀਰ ਉਹਦਾ ਹੋ ਗਿਆ ਨਾ, ਇੱਕ ਦਿਨ ਨਾਲ ਦੀਆਂ ਮਾਈਆਂ ਨੇ ਪੁੱਛਿਆ, ਕਹਿੰਦੇ ਵੀ ਜੀ ਤੁਸੀਂ ਸਾਰਾ ਦਿਨ ਸੇਵਾ ਕਰਦੇ ਹੋ, ਜਦੋਂ ਅਸੀਂ ਵੇਖੀ ਦਾ ਤੁਸੀਂ ਦਰਬਾਰ ਸਾਹਿਬ ਹੁੰਦੇ ਹੋ ਤੇ ਕਿੰਨੇ ਕੁ ਘੰਟੇ ਸੇਵਾ। ਉਹਨੇ ਅੱਖਾਂ ਭਰ ਕੇ ਕਿਹਾ, ਗੁਰੂ ਰਾਮਦਾਸ ਜੀ ਤਰਸ ਕਰਕੇ ਨਾ ਮੇਰੇ ਕੋਲੋਂ ਹੁਣ 16-17 ਘੰਟੇ 18 ਘੰਟੇ ਸੇਵਾ ਲੈ ਲੈਂਦੇ ਆ, 5-6 ਘੰਟੇ ਘਰ ਜਾਂਦੀ ਹੈ ਸਿਰਫ। ਤਾਂ ਜਿਹੜੀਆਂ ਜਵਾਨ ਮਾਈਆਂ ਸੀ ਨਾ ਨਾਲ, ਉਹ ਜਵਾਨ ਬੀਬੀਆਂ ਨੇ ਉਹ ਬਜ਼ੁਰਗ ਮਾਈ ਨੂੰ ਪੁੱਛਿਆ, ਕਹਿੰਦੇ ਵੀ ਜੀ ਇੰਨੀ ਸੇਵਾ 18-18, 17-17 ਘੰਟੇ ਮੰਗਦੇ ਕੀ ਉਹ ਗੁਰੂ ਰਾਮਦਾਸ ਮਹਾਰਾਜ ਤੋਂ? ਉਸ ਮਾਈ ਨੇ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦੀ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਨੇ ਦਿੱਤਾ। ਮੈਂ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਚ ਵਿਆਹੀ ਆਈ ਸੀ ਨਾ, ਕਹਿੰਦੀ ਅਸੀਂ ਕਿਰਾਏ ਤੇ ਰਹਿੰਦੇ ਸੀ,